ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਸੀਂ ਜਾ ਰਹੇ ਹਾਂ ਜੀ ਅੱਜ ਟਰੈਕਟਰ ਲੈਣਾ, ਰਿਸ਼ਤੇਦਾਰ ਆ ਜੀ ਆਪਣਾ, ਉੱਥੇ ਦਿਖਾਉਂਦੇ ਹਾਂ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਟਰੈਕਟਰ, ਅਤੇ ਆਓ ਤੁਹਾਨੂੰ ਅੱਗੇ ਸਾਰਾ ਸਿਸਟਮ ਦਿਖਾਉਂਦੇ ਹਾਂ ਸਾਡਾ ਵੀ ਕੀ ਅਸੀਂ ਉੱਥੇ ਰਾਸਤੇ 'ਚ ਕਰਦੇ ਹਾਂ ਅਤੇ ਕਿਵੇਂ ਦੇ ਟਰੈਕਟਰ ਨੇ। ਲਓ ਜੀ ਬਾਕੀ ਸਾਂਝਾ ਕਰਦੇ ਹਾਂ ਤੁਹਾਡੇ ਨਾਲ ਅੱਗੇ ਸਾਰਾ। ਅਤੇ ਹੁਣ ਅਸੀਂ ਪਹੁੰਚ ਗਏ ਜੀ, 2 ਕਿਲੋਮੀਟਰ ਮਗਰ ਰਹਿ ਗਏ, ਅਤੇ ਉੱਥੇ ਜਾਂਦੇ ਹਾਂ ਜਾ ਕੇ ਤੁਹਾਨੂੰ ਟਰੈਕਟਰਾਂ ਬਾਰੇ ਵੀ ਥੋੜ੍ਹੀ ਬਹੁਤੀ ਜਾਣਕਾਰੀ ਮਿਲੂਗੀ, ਜਿੰਨੀ ਕੁ ਵੀ ਉਹ ਦਿੰਦੇ ਹਾਂ ਤੁਹਾਨੂੰ। ਠੀਕ ਹੈ ਜੀ, ਮਿਲਦੇ ਹਾਂ ਅੱਗੇ। ਲਓ ਜੀ ਆ ਗਏ ਹੁਣ ਅਸੀਂ ਟਰੈਕਟਰਾਂ ਲਵੇ, ਅਤੇ ਹੁਣ ਦੇਖਦੇ ਹਾਂ ਜੀ ਟਰੈਕਟਰ ਲੈਣਾ ਤਾਂ ਆਪਾਂ ਨੀਰੇ ਚਾਰੇ ਵਾਸਤੇ ਆ, ਮਤਲਬ ਜਿਵੇਂ ਬੀਜ ਲਿਆ ਕਰ ਲਿਆ ਲਿਆ ਲਿਆ, ਬਾਕੀ ਸ਼ਾਇਦ ਜਾਣਦੇ ਹੋ ਤੁਸੀਂ ਇਹ ਛੋਟੀ ਬਠੋਈ ਆ। ਦਿਖਾਉਂਦੇ ਹਾਂ ਜੀ ਤੁਹਾਨੂੰ ਫਿਰ ਅੱਗੇ ਅੱਗੇ, ਇੱਕ ਤੋਂ ਇੱਕ ਟਰੈਕਟਰ ਖੜਾ ਜੀ ਉਰੇ, ਆਹ ਦੇਖੋ 60 ਖੜੇ ਨੇ। ਅੱਗੇ ਅਰਜਨ ਆ ਗਿਆ 3600, ਇੱਕੀ ਮਾਡਲ ਆ ਜੀ ਇਹ, ਬੜਾ ਘੈਂਟ ਟਰੈਕਟਰ ਆ ਜੀ। ਬਾਕੀ ਬਠੋਈ ਪਿੰਡ ਆ ਜੀ ਇਹ, ਜੇ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਮੈਨੂੰ ਕਾਲ ਕਰ ਸਕਦੇ ਹੋ। ਅੱਛਾ ਨਹੀਂ, ਚਲੋ ਆਪਾਂ ਤਾਂ ਇੱਕ ਤੁਹਾਡੇ ਲਵੇ ਆ ਜੇ ਕਾਲ 'ਚ ਹੈ। ਲਓ ਜੀ ਜੇ ਇਹ ਥੋੜ੍ਹਾ ਜਿਹਾ ਪੁਰਾਣੇ ਮਾਡਲ ਆ ਗਏ ਜੀ, ਲਓ ਜੀ ਉੱਚੇ ਮਾਡਲ ਖੜ੍ਹੇ ਨੇ, 5310 ਵੀ ਖੜ੍ਹਾ ਜੀ, ਇਹ ਵੀ ਬਹੁਤ ਮਨਪਸੰਦ ਆ ਜੀ ਆਮ ਬੰਦਿਆਂ ਦੇ, ਅਤੇ 855 4-star ਖੜ੍ਹਾ ਜੀ, ਅਤੇ ਸੋਨਾਲੀਕਾ ਆ ਗਿਆ 750, ਅਤੇ 60 ਆ ਗਿਆ, ਅਤੇ ਪੁਰਾਣਾ ਮਾਡਲ ਸੋਨਾਲੀਕਾ। ਉਰੇ ਇਹ ਪਿੰਡ ਦੇ ਵਿੱਚ 3-4 ਨੇ ਬਾਈ ਜਿਹੜੇ ਟਰੈਕਟਰ ਸੇਲ ਕਰਦੇ ਆ, ਤਕਰੀਬਨ ਤੁਹਾਨੂੰ ਸਾਰੇ ਦਿਖਾਉਂਦੇ ਹਾਂ ਅਸੀਂ। ਲਓ ਜੀ ਜੇ ਮੀਨਸ ਇੱਥੋਂ ਕਿਰਾਏ 'ਤੇ ਵੀ ਮਿਲ ਜਾਂਦਾ ਬਾਈ, ਜੇ ਕਿਸੇ ਨੇ ਕੋਈ ਵੀ ਟਰੈਕਟਰ ਸੀਜ਼ਨ ਟਾਈਮ ਲੈ ਕੇ ਜਾਣਾ ਹੋਵੇ ਕਿਰਾਏ 'ਤੇ ਵੀ ਮਿਲ ਜਾਂਦਾ, 2 ਦਿਨਾਂ ਲਈ 4 ਦਿਨਾਂ ਲਈ ਸੀਜ਼ਨ। ਠੀਕ ਹੈ, ਅਤੇ ਬਠੋਈ ਪਿੰਡ ਆ ਜੀ ਇਹ, ਛੋਟੀ ਬਠੋਈ, ਅਤੇ ਬਾਕੀ ਹੋਰ ਜਾਣਕਾਰੀ ਦਿੰਦੇ ਹਾਂ ਜੀ ਅੱਗੇ। ਲਓ ਜੀ ਮੈਂ ਪਹਿਲਾਂ ਵੀ ਦੱਸਿਆ ਸੀ ਜੀ, ਉਰੇ ਕਈ ਪਿੰਡ ਆ ਜੀ ਆਮ ਪਿੰਡਾਂ ਵਾਂਗੂ, ਸ਼ਹਿਰ ਤੋਂ ਵੀ ਥੋੜ੍ਹਾ ਜਿਹਾ ਦੂਰ ਹਟਵਾਂ, ਪਰ ਉਰੇ ਘੱਟੋ ਘੱਟ 3-4 ਬੰਦੇ ਆ ਜੀ ਜਿਹੜੇ ਇਹ ਟਰੈਕਟਰਾਂ ਦਾ ਕੰਮ ਕਰਦੇ ਆ। ਤੁਹਾਨੂੰ ਇੱਕ ਤੋਂ ਇੱਕ ਟਰੈਕਟਰ ਮਿਲੂਗਾ ਜੀ ਉਰੇ, ਨਵੇਂ ਤੋਂ ਨਵਾਂ, ਪੁਰਾਣੇ ਤੋਂ ਪੁਰਾਣਾ। ਆਹ ਦੇਖੋ ਇੱਧਰ ਵੀ 5310 ਖੜ੍ਹਾ, ਅਰਜਨ ਖੜ੍ਹਾ ਹੈ, ਅਤੇ ਆਹ ਸੋਨਾਲੀਕਾ ਹੋ ਗਿਆ ਜੀ, ਅਤੇ ਫੋਰਡ 3600 ਇਹ, ਅਤੇ ਅੱਗੇ ਏਸ ACE 855। ਕੰਡੀਸ਼ਨ ਵੀ ਤਕਰੀਬਨ ਵਧੀਆ ਜੀ ਟਰੈਕਟਰਾਂ ਦੀ, ਬਾਕੀ ਤਾਂ ਜਿਹਨੂੰ ਇਹਦੀ ਨੌਲੇਜ ਹੁੰਦੀ ਆ ਕੇ ਬੰਦਾ ਚੈੱਕ ਕਰਦਾ। ਅਤੇ ਆਹ ਖੜ੍ਹਾ ਜੀ ਪੁਰਾਣਾ ਮੈਸੀ, ਸਾਡੇ ਵਾਲੇ ਬੰਦੇ ਥੋੜ੍ਹਾ ਜਿਹਾ ਉਹਦੇ ਆਲੇ ਦੁਆਲੇ ਹੋ ਰਹੇ ਆ। ਹਾਂ ਜੀ ਕਿਵੇਂ ਲੱਗਿਆ? ਠੀਕ ਆ, ਜਾਨੀ ਕਿ ਥੋੜ੍ਹਾ ਜ਼ਿਆਦਾ ਉਹ ਆ, ਜਦੋਂ ਜਿਹੜੀ ਚੀਜ਼ 'ਤੇ ਪੈਸਾ ਲੱਗਦਾ ਨਾ ਫਿਰ ਉਹ ਤਾਂ
सिरा हो जाता कम। जजू बहुत तैयार कराया हुआ हाँ। चलो पता कर दें जी हजे रेट रूट। अभी नवा खड़ा जी अभी 450 DI लो जी। ये नवी जगह ते आए हैं बठोई दे बिच्चे है ये भी पिंड। रेट आप पुछते हैं बकाऊ कि नहीं पर ट्रैक्टर जरूर बकाऊ ने जी इन्ना क आपां नूं पता। आ खड़ा जी 3600 लो जी। उरे भी ट्राई कर ली पसंद नहीं आया। बाकी एक दो ट्रैक्टर आया जी पर पसंद वो देखांगे हुण ते बाद चों आके गलबात करांगे।